ਉਹ ਕੀ ਜ਼ਿੰਦਗੀ ਜੋ ਤੜਪ ਤੋਂ ਸਖਣੀ ਤੇ ਮੇਰੀ ਜਾਨ ਵਿੱਚ ਜਾਨ ਬੇਕਰਾਰ ਰਹਿੰਦੇ ਚੰਨ ਤਾਰਿਆਂ ਨੂੰ ਧਰਤ ਤੇ ਉਤਾਰ ਕੇ ਰਹੂੰ ਵਿੱਚ ਆਤੀ ਇੱਕ ਵਾਰ ਅਰਸ਼ ਵੱਲ ਮਾਰ ਲੈਂਦੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਤਿੰਦਰ ਸੱਤੀ। 2018 'ਚ ਬਹੁਤ ਸਾਰੇ ਲੋਕ ਹੋਣੇ ਨੇ ਜਿਹੜੇ ਵਿਛੜ ਗਏ ਹੋਣੇ ਨੇ। 2018 'ਚ ਹੀ ਬਹੁਤ ਸਾਰੇ ਨਵੇਂ ਰਿਸ਼ਤੇ ਇਹੋ ਜਿਹੇ ਹੋਣੇ ਨੇ ਜਿਹੜੇ ਬੜੇ ਚਾਅ ਅਤੇ ਖਲੂਸ ਨਾਲ ਮਿਲੇ ਹੋਣੇ ਨੇ ਔਰ ਜਿਨ੍ਹਾਂ ਨਾਲ ਸਾਂਝਾਂ ਬੜੀਆਂ ਗੂੜੀਆਂ ਹੋ ਗਈਆਂ ਹੋਣੀਆਂ ਨੇ। ਰਿਸ਼ਤਿਆਂ ਦੇ ਹਮੇਸ਼ਾ ਬੂਟੇ ਲੱਗਦੇ ਨੇ, ਯਾਦ ਰੱਖਣਾ, ਰਿਸ਼ਤਿਆਂ ਦੇ ਦਰਖਤ ਕਦੇ ਨਹੀਂ ਲੱਗਦੇ। ਰਿਸ਼ਤੇ ਉਮਰ ਦੇ ਨਾਲ ਸਿਆਣੇ ਹੁੰਦੇ ਨੇ, ਗੂੜੇ ਹੁੰਦੇ ਨੇ, ਰੰਗ ਚੋਖੇ ਚੜ੍ਹਦੇ ਨੇ। ਕੁਛ ਲੋਕ ਹੋਣੇ ਨੇ ਜਿਨ੍ਹਾਂ ਨਾਲ ਬੜਾ ਸਾਥ ਰਿਹਾ ਹੋਣਾ ਹੈ ਅਤੇ ਕਿਸੇ ਛੋਟੀ ਜਿਹੀ ਗੱਲ ਕਰਕੇ ਇਹ ਸਾਲ ਬੜੀਆਂ ਦੂਰੀਆਂ ਆ ਗਈਆਂ ਹੋਣੀਆਂ ਨੇ। ਕੁਛ ਲੋਕ ਹੋਣੇ ਨੇ ਜਿਹੜੇ ਨਵੇਂ ਨਵੇਂ ਤਾਜ਼ਾ ਮਾਹੌਲ ਦੇ ਨਾਲ, ਤਾਜ਼ਾ ਤਰੰਗਾਂ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਨਵੀਆਂ ਬਹਾਰਾਂ ਲੈ ਕੇ ਆਏ ਨੇ। ਤੁਹਾਡਾ ਦਿਲ ਕਰਦਾ ਤਿਉਹਾਰ ਆਪਣਿਆਂ ਦੇ ਨਾਲ ਮਨਾਉਣ ਨੂੰ, ਜਸ਼ਨ ਆਪਣਿਆਂ ਦੇ ਨਾਲ ਮਨਾਉਣ ਨੂੰ, ਪਰ ਹਮੇਸ਼ਾ ਉਹੀ ਆਪਣੇ ਰਹਿਣ ਇਹ ਵੀ ਜ਼ਰੂਰੀ ਨਹੀਂ। ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ। ਹਰ ਬੰਦਾ ਇੱਥੇ ਮੁਸਾਫਿਰ ਹੈ। ਜਦੋਂ ਜਿਸਦਾ ਪੜਾਅ ਆ ਜਾਣਾ, ਉਸਨੇ ਉਸ ਰੇਲ ਗੱਡੀ 'ਚ ਉਤਰ ਜਾਣਾ ਅਤੇ ਨਵੇਂ ਹਮ ਸਫ਼ਰ ਨੇ ਚੜ੍ਹ ਜਾਣਾ। ਪਰ ਯਾਦ ਰੱਖਣਾ ਕਿ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਸਾਥ ਹਮੇਸ਼ਾ ਹੀ ਤੁਹਾਡੇ ਨਾਲ ਰਿਹਾ ਹੈ, ਉਹਨਾਂ ਨੇ ਤੁਹਾਡੇ ਹੱਥ ਹਮੇਸ਼ਾ ਘੁੱਟ ਕੇ ਫੜੇ ਨੇ। ਚਾਹੇ ਜਿੰਨੇ ਮਰਜ਼ੀ ਤੂਫਾਨ ਹੋਣ, ਪਰ ਉਹਨਾਂ ਨੇ ਤੁਹਾਡੇ ਹੱਥ ਬਿਲਕੁਲ ਨਹੀਂ ਛੱਡੇ, ਕਿਉਂਕਿ ਕੁਝ ਲੋਕ ਮੌਸਮ ਵਾਂਗੂ ਹੁੰਦੇ ਨੇ ਜਿਹੜੇ ਆਏ ਸਾਲ ਬਦਲ ਜਾਂਦੇ ਨੇ ਅਤੇ ਕੁਝ ਰਿਸ਼ਤੇ ਰੁੱਖਾਂ ਵਰਗੇ ਹੁੰਦੇ ਨੇ ਜਿਨ੍ਹਾਂ ਦੀਆਂ ਜੜ੍ਹਾਂ ਹਰ ਸਾਲ ਮਜ਼ਬੂਤ ਹੁੰਦੀਆਂ ਨੇ। ਤੁਸੀਂ ਵੇਖਣਾ ਹੈ ਕਿ ਉਹਨਾਂ 'ਚੋਂ ਕਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਉਹ ਜੜ੍ਹਾਂ ਮਜ਼ਬੂਤ ਹੋਈਆਂ ਨੇ। ਭੱਜ ਦੌੜ ਦੇ ਵਿੱਚ ਰਿਸ਼ਤਿਆਂ ਦਾ ਚੇਤਾ ਹੀ ਭੁੱਲ ਗਿਆ। ਵਟਸਐਪ ਅਤੇ ਫੇਸਬੁੱਕ 'ਚ ਗੁੱਡ ਮਾਰਨਿੰਗ, ਗੁੱਡ ਨਾਈਟ ਫੋਰਵਰਡ ਕਰਨ ਤੋਂ ਬਿਨਾਂ ਅਹਿਸਾਸ ਹੀ ਮੁੱਕ ਗਏ ਨੇ। ਕਿੰਨੀ ਕੁ ਦੇਰ ਹੋਈ ਹੈ ਭਤੀਜੀਆਂ ਦਾ ਭਤੀਜਿਆਂ ਦਾ ਮੱਥਾ ਚੁੰਮਿਆਂ, ਕਿੰਨੀ ਕੁ ਦੇਰ ਹੋ ਗਈ ਹੈ ਮਾਂ ਦੀਆਂ ਲੱਤਾਂ ਘੁੱਟੀਆਂ, ਚਾਚੀਆਂ ਤਾਈਆਂ ਨੂੰ ਵੇਖਿਆ, ਫੋਨ ਕਰਕੇ ਇਹ ਕਹਿ ਦੇਣਾ ਟਾਈਮ ਹੀ ਨਹੀਂ ਲੱਗਾ ਆਵਾਂਗਾ, ਅਤੇ ਉਹਨਾਂ ਦੇ ਦਰਵਾਜ਼ੇ ਦੀਆਂ ਦਲੀਜ਼ਾਂ ਅੱਜ ਵੀ ਤੁਹਾਨੂੰ ਉਡੀਕ ਰਹੀਆਂ ਨੇ। ਯਾਦ ਰੱਖਿਓ, ਸਿਰਫ਼ ਵਿਆਹਾਂ ਅਤੇ ਭੋਗਾਂ 'ਤੇ ਇਹਨਾਂ ਲੋਕਾਂ ਨੂੰ ਮਿਲੋ, ਉਹਦੇ ਵਿਚਕਾਰ ਜ਼ਿੰਦਗੀ ਹੈ ਜਿਸ ਨੂੰ ਜਿਉਣਾ ਹੁੰਦਾ ਹੈ। ਹੱਥ ਫੜੋ ਇੱਕ ਦੂਜੇ ਦੇ, ਇੱਕ ਦੂਜੇ ਨੂੰ ਘੁੱਟ ਕੇ ਗੱਲ ਬੱਕੜੀ ਪਾਓ। ਅਹਿਸਾਸ ਬੜੇ ਜ਼ਰੂਰੀ ਨੇ ਜੋ ਅੱਜ ਦੀ ਮਾਡਰਨ ਜ਼ਿੰਦਗੀ 'ਚੋਂ ਕਿਰਦੇ ਜਾ ਰਹੇ ਨੇ। ਹੈਲੋ ਹਾਏ ਤੱਕ ਜ਼ਿੰਦਗੀ ਨੂੰ ਮਹਿਦੂਦ ਨਾ ਕਰੋ। ਰਿਸ਼ਤਿਆਂ ਨੂੰ ਨਿੱਘ ਦੀ ਲੋੜ ਹੁੰਦੀ ਹੈ, ਰਿਸ਼ਤਿਆਂ ਨੂੰ ਸਮੇਂ ਦੀ ਲੋੜ ਹੁੰਦੀ ਹੈ, ਰਿਸ਼ਤਿਆਂ ਨੂੰ ਰੋਜ਼ ਗੁੱਡ ਮਾਰਨਿੰਗ ਗੁੱਡ ਨਾਈਟ ਦੀ ਲੋੜ ਨਹੀਂ ਹੁੰਦੀ। ਅੱਜ ਦੇ ਸਮੇਂ 'ਚ ਟੈਕਨੋਲੋਜੀ ਨੇ ਰਿਸ਼ਤੇ ਬੜੇ ਗਵਾ ਦਿੱਤੇ ਨੇ। ਆਓ ਨਵੇਂ ਸਾਲ 'ਤੇ ਘੱਟੋ ਘੱਟ ਇਹ ਕੋਸ਼ਿਸ਼ ਕਰੀਏ ਕਿ ਤਾਈਆਂ ਚਾਚੀਆਂ ਕੋਲ ਦੁਬਾਰਾ ਜਾ ਕੇ ਆਈਏ, ਮਾਂ ਦੀਆਂ ਲੱਤਾਂ ਘੁੱਟ ਲਈਏ। ਜੋ ਸਕੂਨ ਇਨਸਾਨ ਬਣ ਕੇ ਆਪਣਿਆਂ ਦੇ ਨਾਲ ਹੱਸ ਕੇ ਆਉਂਦਾ ਹੈ, ਸ਼ਾਇਦ ਉਸ ਜ਼ਿੰਦਗੀ ਦੇ ਵਿੱਚ ਬਹੁਤ ਪੈਸੇ ਕਮਾ ਕੇ ਕਾਮਯਾਬ ਹੋਣ 'ਚ ਕਦੇ ਨਹੀਂ ਆਉਂਦਾ। ਕਿਤੇ ਪੈਸੇ ਕਮਾਉਣ ਅਤੇ ਮਹਾਨ ਬਣਨ ਦੀ ਦੌੜ 'ਚ ਕਿਤੇ ਆਪਣੇ ਪਿੱਛੇ ਤਾਂ ਨਹੀਂ ਰਹਿ ਗਏ? ਪਰਤ ਕੇ ਵੇਖੋ ਆਪਣੇ ਉਹਨਾਂ ਨੂੰ ਜਿਹੜੇ ਅੱਜ ਵੀ ਤੁਹਾਨੂੰ ਉਡੀਕ ਰਹੇ ਨੇ, ਜਿਨ੍ਹਾਂ ਨੂੰ ਤੁਹਾਡੇ ਸਮੇਂ ਦੀ ਔਰ ਤੁਹਾਡੀ ਸਿਰਫ ਜ਼ਰੂਰਤ ਹੈ। ਉਹਨਾਂ ਨੂੰ ਨਹੀਂ ਚਾਹੀਦੇ ਤੁਸੀਂ ਕਾਮਯਾਬ, ਉਹਨਾਂ ਨੂੰ ਤੁਹਾਡੀ ਉਹ ਸਾਦਗੀ ਅਤੇ ਆਮ ਜਿਹਾ ਬੰਦਾ ਹੀ ਚਾਹੀਦਾ ਹੈ। ਮਹਾਨ ਕਾਮਯਾਬ ਬਣਨ ਦੇ ਨਾਲ ਨਾਲ ਆਮ ਜੇ ਬਣ ਕੇ ਵੀ ਮਿਲਿਆ ਕਰੋ। ਬੜੀ ਦੇਰ ਹੋ ਗਈ ਆਮ ਬਣ ਕੇ ਮਿਲਿਆ, ਖਾਸ ਤਾਂ ਰੋਜ਼ ਹੀ ਬਣਦੇ ਹਾਂ ਲੋਕਾਂ ਦੇ ਵਿੱਚ ਵਾਹ ਵਾਹ ਖੱਟਣ ਦੇ ਲਈ। ਆਓ ਜ਼ਿੰਦਗੀ ਦੇ ਇਸ ਨਵੇਂ ਸਾਲ ਦੇ ਜਸ਼ਨ ਨੂੰ ਆਪਣਿਆਂ ਦੇ ਨਾਲ, ਰਿਸ਼ਤਿਆਂ ਦੇ ਨਾਲ ਜ਼ਰੂਰ ਮਨਾਈਏ, ਕਿਉਂਕਿ ਜ਼ਿੰਦਗੀ ਰਿਸ਼ਤਿਆਂ ਦੇ ਨਾਲ ਹੋਰ ਖੂਬਸੂਰਤ ਹੋ ਜਾਂਦੀ ਹੈ। ਆਪਣਿਆਂ ਨੂੰ ਗੱਲ ਵੱਕੜੀ 'ਚ ਲਵੋ ਅਤੇ ਨਵੇਂ ਸਾਲ ਦਾ ਜਸ਼ਨ ਮਨਾਓ, ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ। ਕੱਲ੍ਹ ਇਹਨਾਂ ਵਿੱਚੋਂ ਪਤਾ ਨਹੀਂ ਕੋਈ ਸਾਡੇ ਨਾਲ ਇਹ ਸਾਲ ਮਨਾਉਣ ਲਈ ਹੋਵੇ ਜਾਂ ਨਾ ਹੋਵੇ, ਸੋ ਇਸੇ ਸਾਲ 'ਚ ਸਾਰੀਆਂ ਖੁਸ਼ੀਆਂ ਦੇ ਦਿਓ, ਕਿਉਂਕਿ ਜ਼ਿੰਦਗੀ ਸੈਲੀਬ੍ਰੇਟ ਕਰਨ ਦਾ ਨਾਮ, ਸੈਲੀਬ੍ਰੇਟ ਲਾਈਫ। ਨਵੇਂ ਸਾਲ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ।